ਕਾਲ ਕਰਨ ਦਾ ਧੰਨਵਾਦ ਤੁਸੀਂ ਆਪਣੇ ਕੀਮਤੀ ਟਾਈਮ ਤੋਂ ਟਾਈਮ ਕੱਢ ਕੇ ਅੱਜ ਸਾਡੇ ਵਿੱਚ ਆਏ ਹੋ ਕੋਈ ਇੰਪੋਰਟੈਂਟ ਐਕਟੀਵਿਟੀ ਹੈ ਅੱਜ ਲਈ ਜਿਹੜੀ ਅਸੀਂ ਪਲਾਨ ਕੀਤੀ ਸੀ ਵੀ ਜੇ ਤੁਸੀਂ ਸਾਰਿਆਂ ਨੇ ਸਾਡੇ ਲਈ ਟਾਈਮ ਕੱਢਿਆ ਤੇ ਉਹਨੂੰ ਕੁਝ ਨਾ ਕੁਝ ਇਹੋ ਜਿਹਾ ਅਸੀਂ ਜ਼ਰੂਰ ਦੇ ਕੇ ਭੇਜੀਏ ਜਿਹੜਾ ਤੁਹਾਡੀ ਜ਼ਿੰਦਗੀ ਨੂੰ ਇੰਪਰੂਵ ਕਰੇ ਤੁਹਾਡੀ ਕੁਆਲੀਫਿਕੇਸ਼ਨ ਨੂੰ ਇੰਪਰੂਵ ਕਰੇ ਤੁਹਾਡੇ ਸਕਿੱਲਸ ਨੂੰ ਇੰਪਰੂਵ ਕਰੇ ਉਹ ਸੀਪੀਆਰ ਹੈ ਜਦੋਂ ਕੋਈ ਵੀ ਬੱਚਾ ਛੋਟਾ ਬਾਹਰ ਸਕੂਲਾਂ ਚ ਪੜ੍ਹਦਾ ਹੈ ਨਾ ਜੀ ਤਾਂ ਪੰਜਵੀਂ ਕਲਾਸ ਤੋਂ ਉੱਪਰ ਦੇ ਬੱਚੇ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ ਆ ਔਰ ਦਸਵੀਂ ਕਲਾਸ ਤੋਂ ਉੱਪਰ ਵਾਲੇ ਹਰੇਕ ਬੱਚੇ ਨੂੰ ਉੱਥੇ ਸੀਪੀਆਰ ਆਉਂਦੀ ਹੁੰਦੀ ਹੈ ਸੀਪੀਆਰ ਉਸ ਤਕਨੀਕ ਨੂੰ ਕਹਿੰਦੇ ਆ ਵੀ ਅਨਫੋਰਚੁਨੇਟਲੀ ਖੜਾ ਖੜਾ ਬੰਦਾ ਗਿਰ ਗਿਆ ਉਹਦੇ ਸਾਹ ਚਲੇ ਗਏ ਉਹਦਾ ਦਿਲ ਧੜਕਣਾ ਬੰਦ ਹੋ ਗਿਆ ਆਪਾਂ ਉਸ ਟਾਈਮ ਤੇ ਕੀ ਕਰਾਂਗੇ ਸੀਪੀਆਰ ਇੱਕ ਬਹੁਤ ਹੀ ਸੌਖਾ ਤਰੀਕਾ ਹੈ ਐ ਸਮਝ ਲਓ ਦੇਸੀ ਭਾਸ਼ਾ ਚ ਵੀ ਤੁਹਾਡਾ ਦਿਲ ਧੜਕਣਾ ਬੰਦ ਹੋ ਗਿਆ ਸਾਹ ਚੱਲਣੇ ਬੰਦ ਹੋ ਗਏ ਤੁਸੀਂ ਸੀਪੀਆਰ ਕੀਤੀ ਤੁਹਾਡਾ ਦਿਲ ਧੜਕਣਾ ਦੁਬਾਰਾ ਸ਼ੁਰੂ ਹੋ ਗਿਆ ਇਹ ਤਕਰੀਬਨ 40-45 ਮਿੰਟ ਦਾ ਪ੍ਰੋਸੈਸ ਹੁੰਦਾ ਹੈ ਇਹਦੇ ਵਿੱਚ ਕੁਝ ਵੀ ਨਹੀਂ ਕਰਨਾ ਹੁੰਦਾ ਰੈਦਰ ਦੈਨ ਵੀ ਤੁਸੀਂ ਹਾਰਨ ਕਰ ਮਚਾ ਦਿਓ 5 ਮਿੰਟ ਮਚਾ ਦਿਓ ਤੁਸੀਂ ਬੰਦੇ ਨੂੰ ਗੱਡੀ ਪਾ ਕੇ ਜੇ ਗੱਡੀ ਮਿਲ ਗਈ ਉਹਦੀ ਸੀਪੀਆਰ ਕਰਦੇ ਹੋਏ ਡਾਕਟਰ ਕੋਲ ਲੈ ਕੇ ਜਾਓ ਉਹਦੀ ਬਹੁਤ ਹਾਈ ਪੋਸੀਬਿਲਟੀ ਹੈ ਕਿ ਉਹਦੀ ਜਾਨ ਬਚ ਜਾਏ ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਕਿ ਉਹ ਬੰਦੇ ਦੇ ਸਾਹ ਹੈਗੇ ਬੋਲਦਾ ਹੈ ਉਹ ਬੰਦਾ ਆਪਾਂ ਆਪਣੇ ਘਰ ਦਾ ਮੈਂਬਰ ਹੈ ਸ਼ਾਮ ਨਾਲ ਉਹਦੇ ਬਾਲ ਪਰ ਮਾਂ ਦੇ ਹੱਥ ਮਾਰ ਕੇ ਆਪਾਂ ਉਹਨੂੰ ਪੁੱਛਾਂਗੇ ਕਿ ਬੋਲੋ ਉਹ ਨਹੀਂ ਬੋਲੇਗਾ ਫਿਰ ਅੱਗੇ ਆਪਾਂ ਉਹਦਾ ਸਾਹ ਚੈੱਕ ਕਰਾਂਗੇ ਕਿ ਸਾਹ ਚੱਲਦਾ ਕਿ ਨਹੀਂ ਚੱਲਦਾ ਤੇ ਸਾਡੀ ਗਰਦਨ ਦੇ ਨਾਲ ਸਾਡੀ ਖੂਨ ਦੀ ਇੱਕ ਨਾੜ ਹੁੰਦੀ ਹੈ ਜਿਹਨੂੰ ਕੈਰੋਟਿਡ ਕਹਿੰਦੇ ਆ ਉਹਨੂੰ ਕੋ ਸਭ ਤੋਂ ਮੋਟੀ ਨਾੜ ਹੈ ਖੂਨ ਦੀ ਉੱਥੇ ਉਂਗਲੀਆਂ ਲਾ ਕੇ ਚੈੱਕ ਕਰਾਂਗੇ ਜਿਵੇਂ ਆਪਾਂ ਨਵੇਂ ਨਹੀਂ ਚੈੱਕ ਕਰਦੇ ਉਸ ਤਰ੍ਹਾਂ ਹੀ ਉਹਨੂੰ ਚੈੱਕ ਕਰਨਾ ਹੈਗਾ ਉਹ ਤਿੰਨ ਚੀਜ਼ਾਂ ਤੋਂ ਬਾਅਦ ਸਾਨੂੰ ਪਤਾ ਲੱਗ ਜਾਂਦਾ ਵੀ ਮਰੀਜ਼ ਚਲਾ ਗਿਆ ਠੀਕ ਹੈ ਜੀ ਉਦੋਂ ਇਮੀਡੀਏਟਲੀ ਸੀਪੀਆਰ ਸ਼ੁਰੂ ਕਰਨੀ ਹੁੰਦੀ ਹੈ ਕਿ ਜਦੋਂ ਤੁਸੀਂ ਉਹਨੂੰ ਹਾਰਟ ਕੀ ਹੈ ਇੱਕ ਮਸਲ ਹੈ ਜਿਹਦੇ ਵਿੱਚ ਖੂਨ ਭਰਿਆ ਹੋਇਆ ਹੈ ਜਿਵੇਂ ਹੀ ਤੁਸੀਂ ਉਹਨੂੰ ਜ਼ੋਰ ਨਾਲ ਦੱਬਣਾ ਉਹ ਖੂਨ ਸਾਰੇ ਸਰੀਰ 'ਚ ਫੈਲ ਜਾਣਾ ਫਿਰ ਉਹਨੇ ਖਾਲੀ ਹੋ ਜਾਣਾ ਫਿਰ ਉਹਦੇ ਫੇਰ ਭਰ ਜਾਣਾ ਫਿਰ ਤੁਸੀਂ ਦੱਬਣਾ ਫਿਰ ਉਹਨੇ ਪੁਸ਼ ਹੋ ਜਾਣਾ ਤਾਂ ਤੁਸੀਂ ਇੱਕ ਤਰ੍ਹਾਂ ਉਹਨੂੰ ਰਿਵਾਈਵ ਕਰ ਰਹੇ ਹੋ ਦੁਬਾਰਾ ਉਹਨੂੰ ਆਪਣੀ ਪਹੁੰਚ ਲਿਆ ਰਹੇ ਹੋ ਔਰ ਜਦੋਂ ਅਟੈਕ ਹੋਇਆ ਹੁੰਦਾ ਨਾ ਉਦੋਂ ਹਾਰਟ ਦਾ ਕੁਝ ਵੀ ਡੈਮੇਜ ਨਹੀਂ ਹੋਇਆ ਹੁੰਦਾ ਜੇ ਨਾਲ ਦੇ ਨਾਲ ਸ਼ੁਰੂ ਹੋ ਜਾਏ ਤਾਂ ਹਾਰਟ ਭਰ ਜਾਂਦਾ ਫਿਰ ਦਿਨ ਤਾਂ ਉਹਦੀ ਗਰਦਨ ਉੱਪਰ ਨੂੰ ਗਰਦਨ ਉੱਪਰ ਨੂੰ ਸਟ੍ਰੈਚ ਕਰਨੀ ਕਿਉਂਕਿ ਸਾਹ ਸਾਹ ਦਾ ਰਸਤਾ ਖੁੱਲਦਾ ਜੇ ਇੰਜ ਤਾਂ ਹੀ ਮੋਟੇ ਬੰਦਿਆਂ ਨੂੰ ਸਾਹ ਦੀ ਬੜੀ ਦਿੱਕਤ ਹੁੰਦੀ ਹੈ ਗਰਦਨ ਤੇ ਫੈਟ ਡਿਪੋਜ਼ਿਟ ਹੋ ਜਾਂਦਾ ਨਾ ਤਾਂ ਨੈਕ ਦੀ ਐਕਸਟੈਂਸ਼ਨ ਸਭ ਤੋਂ ਇੰਪੋਰਟੈਂਟ ਚੀਜ਼ ਹੈ